ਖਨੌਰੀ ਬਾਰਡਰ ਦੇ ਵਿੱਚ ਜੰਗ ਦਾ ਮੈਦਾਨ ਬਣਿਆ ਪਿਆ। ਤੁਹਾਨੂੰ ਤਸਵੀਰਾਂ ਦਿਖਾਈਏ ਕਿ ਖਨੌਰੀ ਬਾਰਡਰ ਦੇ ਉੱਪਰ ਬਸੰਤ ਦੇ ਦਿਨ ਨੌਜਵਾਨਾਂ ਦੇ ਵੱਲੋਂ ਪਤੰਗ ਚੜਾਏ ਜਾ ਰਹੇ ਨੇ, ਅਸਮਾਨ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਲਗਾਤਾਰ ਪਤੰਗ ਚੜਾਏ ਜਾ ਰਹੇ ਨੇ। ਹਰਿਆਣੇ ਦੇ ਪਾਸੇ ਜਿਹੜੇ ਹੈਗੇ ਨੇ ਇਹ ਲੋਕਾਂ ਦੇ ਪਤੰਗ ਉੱਡ ਰਹੇ ਨੇ ਤੇ ਲਗਾਤਾਰ ਕਿਤੇ ਨਾ ਕਿਤੇ ਡਰੋਨ ਜਿਹੜੇ ਹੈਗੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਨੇ, ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਹੈਗੇ ਨੇ ਨੌਜਵਾਨਾਂ ਦੇ ਵੱਲੋਂ ਇਹ ਪਤੰਗ ਚੜਾਏ ਜਾ ਰਹੇ ਨੇ। ਬਾਈ ਜੀ ਕੀ ਨਾਮ ਆ ਤੁਹਾਡਾ? ਬਲਜਿੰਦਰ ਸਿੰਘ ਹੈ ਵੀਰ ਜੀ। ਕਿਸ ਤਰੀਕੇ ਨਾਲ ਦੇਖਦੇ ਹੋ ਪਤੰਗ ਚੜਾ ਰਹੇ ਹੋ, ਕਿੰਨੇ ਕੁ ਸਮੇਂ ਤੋਂ ਲੱਗੇ ਹੋਏ ਆ ਤੇ ਕੀ ਫਰਕ ਪਾ ਰਿਹਾ ਪਤੰਗ ਤੁਹਾਡਾ? ਪਤੰਗ ਹਾਲੇ ਤੱਕ ਤਾਂ ਕੋਈ ਫਰਕ ਨਹੀਂ ਪਾ ਰਿਹਾ, ਡਰੋਨ ਇੱਧਰ ਲੈ ਕੇ ਨਹੀਂ ਆਉਂਦੇ, ਜੇ ਪਤੰਗ ਦੀ ਰੇਂਜ 'ਚ ਡਰੋਨ ਆਊਗਾ ਤੇ ਅਸੀਂ ਨਾਲ ਇਹਨੂੰ ਲਪੇਟ ਦਾਂਗੇ ਜੀ। ਕੱਲ ਕਿਸ ਤਰੀਕੇ ਨਾਲ ਦੇਖੋ, ਕੱਲ ਪੂਰਾ ਦਿਨ ਜਿਹੜੇ ਹੈਗੇ ਨੇ ਡਰੋਨ ਤੁਹਾਡੇ ਚੱਲਦੇ ਰਹੇ ਨੇ, ਲਗਾਤਾਰ ਕੱਲ ਡਰੋਨ ਚੱਲਦੇ ਰਹੇ ਨੇ, ਉਹ ਡਰੋਨਾਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਦੇਖਦੇ ਸੀ ਕਿ ਹਾਂ ਨੌਜਵਾਨ ਕਿੱਥੇ ਨੇ, ਤਾਂ ਉਸ ਤਰੀਕੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਹੁਣ ਅੱਜ ਤੁਹਾਡੇ ਪਤੰਗ ਨੇ ਕਿਤੇ ਕੋਈ ਡਰੋਨ ਨਜ਼ਰ ਨਹੀਂ ਆ ਰਿਹਾ? ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ, ਡਰੋਨ ਅੱਜ ਦਿਨ 'ਚ ਕੱਲ 15-20 ਵਾਰ ਆਉਂਦਾ ਜਾਂਦਾ ਰਿਹਾ, ਅੱਜ ਸਿਰਫ ਇੱਕ ਵਾਰ ਆਇਆ ਦੇਖਣ ਵੀ ਕਿੰਨੀ ਕੁ ਪਬਲਿਕ ਹੈ, ਕਿੰਨੇ ਕੁ ਨੌਜਵਾਨ ਨੇ ਪਤੰਗ ਤੋਂ ਡਰਦੇ ਚਾਈਨਾ ਡੋਰ ਕਰਕੇ ਆਪਣਾ ਡਰੋਨ ਲੈ ਕੇ ਨਹੀਂ ਆਉਂਦੇ। ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਕਿਵੇਂ ਦੇ ਲੱਗ ਰਹੇ ਨੇ ਲਗਾਤਾਰ? ਕੱਲ ਤਾਂ ਡਰੋਨ ਦੇ ਨਾਲ ਨਾਲ ਯਾਰ ਇਹ ਇੱਦਾਂ ਦੇ ਬਣਾਤੇ ਕਿ ਜਿਵੇਂ ਕਿ ਪਾਕਿਸਤਾਨ ਬਾਰਡਰ ਹੁੰਦਾ ਤੇ ਇਹਨਾਂ ਨੇ ਪਾਕਿਸਤਾਨ ਬਾਰਡਰ ਬਣਾਤਾ ਖਨੌਰੀ ਬਾਰਡਰ ਨੂੰ। ਬਿਲਕੁਲ, ਲਗਾਤਾਰ ਤੁਹਾਨੂੰ ਹਰ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਹਮਣੇ ਤੁਹਾਨੂੰ ਭਾਰੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈਗੀ ਆ ਨਜ਼ਰ ਆਉਂਦੀ ਦਿਖਾਈ ਦੀ ਹੋਊਗੀ, ਤਾਂ ਲਗਾਤਾਰ 20-25 ਮਿੰਟ ਦੇ ਬਾਅਦ ਜਿਹੜੇ ਹੈਗੇ ਨੇ ਹਮਲੇ ਹੋ ਰਹੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਕੀ ਨਾਮ ਆ ਤੁਹਾਡਾ? ਕਸ਼ਮੀਰ ਸਿੰਘ ਜੀ। ਕਿਸ ਤਰੀਕੇ ਨਾਲ ਦੇ ਦਿਓ ਹਾਲਾਤ ਕਿਵੇਂ ਬਣੇ ਹੋਏ ਨੇ? ਹਾਲਾਤ ਬਹੁਤ ਭਿਆਨਕ ਹਾਲਾਤ ਨੇ, ਸਰਕਾਰ ਅਤਿਆਚਾਰ ਕਰ ਰਹੀ ਆ ਕਿਸਾਨਾਂ ਤੇ, ਜ਼ੁਲਮ ਕਰ ਰਹੀ ਆ, ਅਸੀਂ ਆਪਣੀਆਂ ਮੰਗਾਂ ਮੰਗਣ ਲੈਣ ਲਈ ਜਾ ਰਹੇ ਹਾਂ ਸੈਂਟਰ ਗਵਰਨਮੈਂਟ ਤੋਂ। ਹੱਲ ਕਿਵੇਂ ਹੋਊਗਾ? ਤੁਸੀਂ ਬਾਰੀ ਬਾਰੀ ਅੱਗੇ ਜਾਂਦੇ ਹੋ, ਉਧਰੋਂ ਗੋਲੇ ਆਉਂਦੇ ਨੇ, ਤਾਂ ਉਸ ਤਰੀਕੇ ਨਾਲ ਕਿਵੇਂ ਦੇਖਦੇ? ਉਸ ਤਰੀਕੇ ਨਾਲ ਅਸੀਂ ਤੋੜ ਕੇ ਹਟਾਂਗੇ ਇਹਨੂੰ ਬੈਰੀਗੇਡ ਨੂੰ, ਅਸੀਂ ਉਹਨਾਂ ਚੁੱਕ ਸਾਹਸ ਨਹੀਂ ਲਵਾਂਗੇ ਜਿੰਨਾ ਚੁੱਕੇ ਟੁੱਟਦਾ ਨਹੀਂ ਹੈਗਾ। ਅਸੀਂ ਸਿੱਖ ਜਥੇਬੰਦੀਆਂ ਨੂੰ, ਜਿੰਨੀਆਂ ਵੀ ਜਥੇਬੰਦੀਆਂ ਨੇ ਸਿੱਖ ਕੌਮ ਲਈਆਂ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਸਾਥ ਦੇਣ, ਉਹਨਾਂ ਤੋਂ ਬਿਨਾਂ ਇਹ ਸਾਤੋਂ ਜੰਗ ਨਹੀਂ ਜਿੱਤਿਆ ਜਾਣਾ ਸਿੱਖ ਕੌਮ ਤੋਂ ਬਿਨਾਂ। ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਸਾਡਾ ਸਾਥ ਦੇਣ। ਤਾਂ ਬਿਲਕੁਲ ਲਗਾਤਾਰ ਅਸੀਂ ਹਰ ਇੱਕ ਤਸਵੀਰ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਪਰ ਦੂਜੇ ਪਾਸੇ ਇੱਕ ਨਵੀਂ ਤਸਵੀਰ ਕਿ ਪਤੰਗ ਚਾੜ ਕੇ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਹਰਿਆਣੇ ਪੁਲਿਸ ਦੇ ਜਿਹੜੇ ਡਰੋਨ ਹੈਗੇ ਨੇ ਉਹਨਾਂ ਨੂੰ